صلاة المدينة في الريد آخر الصلاة دود رأيته تقريبا صلاة وصلاة استمي لها وديانا غوكور جنديغر ونرسا دويبا سوامي جيدي ياد ويتا 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 ਕਿਉਂਕਿ ਉਹਨਾਂ ਨੇ ਐਡੀ ਦੂਰ ਬਸਤੀਆਂ ਦੇ ਨਾਲ ਬਹੁਤ ਹੀ ਪਿਆਰ ਪਾ ਲਿਆ ਸੀ। ਮੈਂ ਇਸਦੀ ਬੋਲਣ ਦੀ ਕੋਸ਼ਿਸ਼ ਕਰਦਾ ਹਾਂ। ਪੰਜਾਬੀ ਬਾਰੇ ਸਮਝ ਆਉਂਦੇ ਹਨ। ਇਤਨੀ ਦੂਰ ਜਾ ਕੇ ਉਹਨਾਂ ਪਿਆਰ ਇਤਨਾ ਜ਼ਬਰਦਸਤ ਪੜਾ ਕਿ ਅਗਰ ਮੈਂ ਇਜਾਜ਼ਤ ਦੇ ਦਿੱਤਾ ਤਾਂ ਇਹ ਪੂਰੇ ਦਾ ਪੂਰਾ ਪੰਡਾਲ ਗੁਰਦੁਆਰਾ ਸਾਹਿਬ ਕੇ ਸਾਥ ਜੋ ਸੰਗਤ ਸੰਬੰਧ ਰੱਖਦੀ ਹੈ ਉਸੀ ਤੇ ਹੀ ਬਾਤ ਆਉਣਾ ਸੀ। ਬਹੁਤ ਸਿਲੈਕਟਡ ਰੋਕਣੇ ਪਰ ਵੀ ਇਤਨੇ ਪ੍ਰੇਮੀਆਂ ਪਹੁੰਚ ਗਏ ਹੈ। ਸਵਾਮੀ ਜੀ ਕੇ ਸਾਥ ਜੋ ਸੰਬੰਧ ਪੜਾ ਹੈ ਹਮਾਰਾ ਇਹ ਕੋਈ ਇਸ ਜਨਮ ਕੀ ਬਾਤ ਨਹੀਂ ਹੈ, ਕਈ ਜਨਮ ਕੀ ਪਿੱਛੇ ਕੀ ਬਾਤ ਹੈ। ਉਹ ਅਨੁਭਵੀ ਮਹਾਂਪੁਰਸ਼ ਹੈ, ਸਭ ਕੁਝ ਜਾਣਦੇ ਹੈ। ਉਸਕੀ ਮੇਰੇ ਕੋਲ ਪਾਸ ਕੰਕਰੀਟ ਮਸਾਲੇ ਹੈ। ਜਿਸ ਵਕਤ ਮੈਂ ਪਹਿਲੀ ਦਫ਼ਾ ਯਹਾਂ ਆਇਆ ਹੋਸਪਿਟਲ ਕੀ ਬੁਨਿਆਦ ਰੱਖਣੀ ਗਈ ਤੋ ਹਮੇ ਜਬ ਇਧਰ ਕੋ ਮੁੜਨੇ ਲੱਗੇ ਉਸ ਵਕਤ ਸਵਾਮੀ ਜੀ ਆਪਣੀ ਗਾੜੀ ਸੇ ਉਤਰ ਕਰ ਮੇਰੇ ਪਾਸ ਆਨੇ ਲੱਗੇ। ਹਮ ਵੀ ਗਾੜੀ ਸੇ ਉਤਰ ਗਏ ਤੋ ਆਪਕੇ ਮਾਤਾ ਜੀ ਬੀਬੀ ਜੀ ਮੇਰੇ ਸਾਥ ਥੇ, ਵੋ ਵੀ ਉਤਰ ਗਏ। ਇੱਕ ਐਸੀ ਵਿਚਿੱਤਰ ਬਾਤ ਹੋਈ ਜਿਸ ਕੋ ਥੋੜੇ ਪ੍ਰੇਮੀਆਂ ਨੇ ਦੇਖਾ ਵੋ ਇਹ ਥਾ ਕਿ ਸਵਾਮੀ ਜੀ ਜਬ ਉਨਕੋ ਮਿਲਨੇ ਲਗੇ ਤੋ ਮੈਂ ਨਹੀਂ ਜਾਣਦਾ ਕਿਉਂ ਉਹਨੇ ਆਪਣੇ ਦੋਨੋਂ ਹੱਥ ਉਠਾਏ ਸਵਾਮੀ ਜੀ ਕੇ ਸੀਸ ਪਰ ਰੱਖ ਦਿੱਤੇ। ਹਮ ਯਹਾਂ ਆ ਗਏ, ਸਵਾਮੀ ਜੀ ਫਿਰ ਆਏ, ਕਹਿਣ ਲੱਗੇ ਮੇਰੀ ਮਾਂ ਕਹਾਂ ਹੈ, ਅਬ ਮੈਨੇ ਪਹਿਚਾਣ ਲਿਆ। ਕਈ ਦਿਨ ਪਹਿਲੇ ਮੇਰੇ ਕੋਲ ਤੀਨ ਸਾਲ ਦਾ ਛੋੜ ਕਰ ਚਲੀ ਗਈ ਸੀ, ਮੈਂ ਤੀਨ ਸਾਲ ਦਾ ਸਾਂ, ਅੱਜ ਮੈਨੇ ਆਪਣੀ ਮਾਂ ਕੋ ਫਿਰ ਪਹਿਚਾਣ ਲਿਆ। ਬਹੁਤ ਹੀ ਗਲਤ ਸੰਬੰਧ ਸਾ ਗਏ। ਔਰ ਦੂਸਰਾ ਐਸੀ ਬਾਤ ਕਰਨੇ ਕੀ ਨਹੀਂ ਵੀ ਕੋਈ ਬਾਤ ਹੀ ਕਰਦੀ। ਉਨਕੋ ਆਪਣੇ ਇੱਕ ਦਵਾਈ ਦੀ, ਇੱਕ ਦਿਨ ਐਸਾ ਹੁਆ ਕਿ ਹਮ ਥੱਕ ਗਏ ਬਾਹਰ ਸੇ ਤੋ ਜਬ 10 ਵਜੇ ਸੋਨੇ ਲਗੇ ਉਸ ਵਕਤ ਸਵਾਮੀ ਜੀ ਕਾ ਟੈਲੀਫੋਨ ਰੁਦਰਾ ਸਾਹਿਬ ਕੋ ਆਇਆ ਕਿ ਦੇਖੋ ਮਾਂ ਸੋਨੇ ਕੀ ਤਿਆਰੀ ਕਰ ਰਹੀ ਹੈ, ਅੱਜ ਉਸਨੇ ਦਵਾਈ ਪੀ ਲਈ, ਅਭੀ ਟੈਲੀਫੋਨ ਕਰ ਦਿਓ ਕਿ ਦਵਾਈ ਲੈ ਕਰ ਸੋਏ। ਹਮਨੇ ਬੱਤੀਆਂ ਬਜਾ ਦੀ ਤੀ ਤੋ ਜਬ ਟੈਲੀਫੋਨ ਆਇਆ ਤੋ ਕਿਤਨੀ ਹੈਰਾਨੀ ਕੀ ਬਾਤ ਹੈ, ਆਪ ਸਾਰੇ ਸੋਚੋ ਵੋ ਯਹਾਂ ਬੈਠੇ ਹੈ, ਹਮ ਵਹਾਲੀ ਮੇਂ ਹੈ,
ਲਿਖਦੀ ਹੈ ਬਾਤ ਦੇਖ ਰਿਹਾ ਮੈਂ ਵੀ ਪਾਸੀ ਤਾਂ ਮੇਰੇ ਕੋਲ ਨਹੀਂ ਪਤਾ ਵੀ ਉਹਨਾਂ ਨੇ ਦਵਾਈ ਲਈ ਜਾਂ ਨਾ ਲਈ ਉਹਨੂੰ ਇਸ ਬਾਤ ਕਹਿੰਦਾ ਪਤਾ ਲੱਗ ਗਿਆ ਤੋ ਉਸੇ ਆਪਕੇ ਮਾਤਾ ਜੀ ਬਹੁਤ ਡਰੇ ਕਹਿੰਦੇ ਸਵਾਮੀ ਜੀ ਇਤਨੀ ਛੋਟੀ ਬਾਤ ਵੀ ਦੇਖ ਰਹੇ ਹੈ ਤੋ ਜੀ ਮੈਂ ਆਪਕੋ ਇੱਕ ਬਾਤ ਬਤਾਈ ਹੈ ਦੂਸਰਾ ਜਦ ਮੈਂ ਯਹਾਂ ਆਇਆ ਕਾਲਜ ਜਿਸ ਦਿਨ ਬਣ ਜਾਏਗਾ ਉਸਕੇ ਬਾਅਦ ਮੈਂ ਆਪਣਾ ਸਿੱਖੀ ਛੋੜ ਦੇਣਾ ਮੈਂ ਕਿਹਾ ਨਹੀਂ ਸਵਾਮੀ ਜੀ ਐਸੀ ਬਾਤ ਨਾ ਕਰੋ ਇਹ ਜੋ ਪ੍ਰਮੁੱਖ ਅਵਸਥਾ ਮੇਂ ਪਹੁੰਚ ਜਾਂਦੇ ਹੈ ਉਨਕੇ ਆਪਣੇ ਹੱਥ ਮੇਂ ਹੋਤਾ ਹੈ ਰਹਿਣਾ ਚਾਹੇ ਰਹਿ ਜਾਤੇ ਹੈ ਜਾਣਾ ਚਾਹੇ ਚਲੇ ਜਾਤੇ ਹੈ ਇਸਕੋ ਗੁਰੂ ਮਹਾਰਾਜ ਜੀ ਨੇ ਕਿਹਾ ਗੁਰਮੁਖ ਆਵੈ ਜਾਏ ਨਿਸਾਰ ਆਪਣੀ ਮਰਜ਼ੀ ਫਿਰ ਸਰੀਰ ਛੋੜ ਜਾਂਦਾ ਹੈ ਅਗਰ ਛੋੜੇ ਹੋਏ ਕੋ ਫਿਰ ਕਹੇ ਉਹ ਉਸੀ ਕੋ ਫਿਰ ਬਿਠਾ ਦੇਤਾ ਹੈ ਐਸੀ ਇਤਿਹਾਸ ਮੇਂ ਬਾਤੇ ਆਉਂਦੀ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਾਥ ਪੰਜ ਪਿਆਰਿਆਂ ਮੇਂ ਭਾਈ ਦਇਆ ਸਿੰਘ ਜੀ ਦੇ ਜਦ ਆਪ ਨਗਰ ਮੇਂ ਗਏ ਤੋ ਆਪਣੇ ਅਚਾਨਕ ਸਰੀਰ ਛੋੜ ਦਿਆ ਗੁਰੂ ਮਹਾਰਾਜ ਕੋ ਤਾਂ ਪਤਾ ਚਲਾ ਕੇ ਬਗੈਰ ਮੇਰੇ ਸੇ ਮਿਲੇ ਹੋਏ ਚਲੇ ਗਏ ਤਾਂ ਉਹਨੂੰ ਆਵਾਜ਼ ਤੋਂ ਮਿਲ ਕਰਦਾ ਵਹਾਂ ਆਵਾਜ਼ ਵੀ ਉਹ ਗੁਰੂ ਮਹਾਰਾਜ ਕੇ ਪਾਸ ਆ ਗਏ ਕਹਿਣ ਲੱਗੇ ਆਪ ਇੰਨੀ ਜਲਦੀ ਕੀ ਕਹਿੰਦੇ ਉੱਧਰ ਵੀ ਆਪ ਕਹੋ ਇਧਰ ਵੀ ਆਪ ਕਹੋ ਮਤਲਬ ਕਹਿੰਦੇ ਕਹੀਏ ਕਿ ਇਨ ਪਰ ਕੋਈ ਕਾਲ ਹਾਵੀ ਨਹੀਂ ਹੋਤਾ ਮਹਾਂਪੁਰਸ਼ ਕਾਲ ਸੇ ਹਵਾ ਹਵਾ ਕਰਦੇ ਹੈ ਦੂਸਰਾ ਇਹ ਹੈ ਕਿ ਅਗਰ ਸਰੀਰ ਚਲਾ ਵੀ ਜਾਏ ਤੋ ਮਹਾਂਪੁਰਸ਼ੋ ਕਾ ਤੱਤਵ ਜੋ ਨਿਰਗੁਣ ਰੂਪ ਮੇਂ ਕੰਮ ਕਰਤਾ ਹੈ ਵੋ ਨਹੀਂ ਜਾਇਆ ਕਰਤਾ ਯਹਾਂ ਜਿਤਨੀ ਜੋ ਆਪਣੇ ਤਪੱਸਿਆ ਕੀ ਮਿਹਨਤ ਕੀ ਕਿਤਨੇ ਬੜਾ ਹੋਸਪਿਟਲ ਬਣਾ ਦੀਆ ਦੁਨੀਆਂ ਭਰ ਮੇਂ ਇਸਕੀ ਚਰਚਾ ਚੱਲ ਰਹੀ ਹੈ ਤੋ ਇਹ ਮਹਾਨ ਤਪ ਥਾ ਆਪਕਾ ਕਰਮਯੋਗ ਮੇਂ ਵੋ ਜਾਤਾ ਨਹੀਂ ਹੈ ਜਹਾਂ ਹੀ ਉਸਕਾ ਜੋ ਜਹਾਂ ਜਹਾਂ ਵੀ ਸਵਾਮੀ ਜੀ ਨੇ ਆਪਣੇ ਚਰਨ ਰੱਖੇ ਹੈ ਵੋ ਜੋ ਜ਼ਮੀਨ ਹੈ ਵੋ ਹਜ਼ਾਰੋਂ ਸਾਲੋਂ ਕੇ ਲਈ ਵੈਸੀ ਕੀ ਵੈਸੀ ਪਵਿੱਤਰ ਰਹੇਗੀ ਔਰ ਇਹ ਵਾਤਾਵਰਨ ਹਜ਼ਾਰ ਹਾਂ ਸਾਲ ਕੇ ਲਈ ਵੈਸਾ ਹੀ ਰਹੇਗਾ ਜੈਸਾ ਉਨਕੇ ਹੋਤੇ ਹੋਏ ਥਾ ਅਬ ਬਾਤ ਹੈ ਪਹਿਚਾਣਨੇ ਕੀ ਏਕ ਕੋ ਤੋ ਸਮਝ ਮੇਂ ਯੇ ਬਾਤ ਆ ਜਾਤੀ ਹੈ ਏਕ ਇਸ ਬਾਤ ਕੋ ਸਮਝ ਨਹੀਂ ਸਕਦਾ ਤੋ ਉਹਨੇ ਜੋ ਕਾਮ ਕੀਆ ਹੈ ਯਹਾਂ ਜਿਸਕੇ ਵੀ ਮਨ ਮੇਂ ਯੇ ਭਾਵਨਾ ਹੋਗੀ ਪਿਆਰ ਹੋਗਾ ਉਨਕਾ ਉਨਕੋ ਉਨ ਨਿਰਗੁਣ ਰੂਪ ਮੇਂ ਰਹਿਤੇ ਹੋਏ ਵੀ ਉਨਕੋ ਵੋ ਸ਼ਕਤੀ ਦੇਂਗੇ ਅਗਰ ਨਹੀਂ ਹੋਗਾ ਤਾਂ ਉਹ ਜਾਣਦੇ ਹੈ ਅਬ ਹਮਾਰੀ ਡਿਊਟੀ ਇਹ ਹੈ ਕਿ ਜੋ ਕੰਮ ਕੀਆ ਹੈ ਸਵਾਮੀ ਵੇਦ ਭਾਰਤੀ ਜੀ ਹੈ ਆਪਕੀ ਮਹਿਮਾ ਬਹੁਤ ਵੱਡੀ ਹੈ ਆਪ ਰਤਵਾੜਾ ਸਾਹਿਬ ਮੇਂ ਗਏ ਵਹਾਂ ਹਮਾਰੇ ਪਾਸ ਚਿੱਠੀਆਂ ਆਤੀ ਹੈ ਲੈਟਰਸ ਆਤੇ ਹੈ
ਕਿ ਵੋ ਕਮ ਮਿਲ ਸਕਦੇ ਹੈ, ਕਹਾਂ ਮਿਲ ਸਕਦੇ ਹੈ, ਹਮ ਉਨਕੋ ਮਿਲਣਾ ਚਾਹਤੇ ਹੈ। ਸਵਾਮੀ ਜੀ ਕੇ ਛਪਤੇ ਹੈ ਆਤਮ ਮਾਰਗ ਮੇਂ ਲੇਖ, ਉਨਕੇ ਬਾਰੇ ਮੇਂ ਬਹੁਤ ਪੁੱਛਾ ਜਾਤਾ ਹੈ ਕਿ ਸਵਾਮੀ ਜੀ ਕਹਾਂ ਮਿਲ ਜਾਏਂਗੇ। ਸੋ ਇਹ ਜੋ ਯਹਾਂ ਮੇਰੇ ਕੋ ਤੋ ਇਸ ਬਾਤ ਕਾ ਹੈ ਕਿ ਜੋ ਇਹਨੇ ਕਾਮ ਯਹਾਂ ਸ਼ੁਰੂ ਕੀਆ, ਡਾਕਟਰ ਸਾਹਿਬਾਨ ਹੈ ਔਰ ਉਨਕੇ ਮਾਨਨੇ ਵਾਲੇ ਪਿਆਰ ਕਰਨੇ ਵਾਲੇ, ਏਕ ਬਾਤ ਤੋ ਮੈਂ ਆਪਕੋ ਨਿਸ਼ਚੇ ਸੇ ਕਹਿਤਾ ਹੂੰ, ਵੋ ਕਹਾਂ ਗਏ ਨਹੀਂ ਹੈ, ਉਨਕੀ ਸਤਾ ਆਪ ਮੇਂ ਹੀ ਆ ਜਾਏਗੀ। ਸਵਾਮੀ ਜੀ ਕੇ ਰੂਪ ਮੇਂ ਵੋ ਰੂਹਾਨੀ ਕਾਮ ਕਰ ਰਹੇ ਹੈ ਔਰ ਆਪਕੇ ਸਰੀਰੋਂ ਕੋ ਸਤਾ ਦੇ ਕੇ ਵੋ ਜੀ ਆਪਣਾ ਪ੍ਰੋਗਰਾਮ ਕਰਵਾ ਰਹੇ ਹੈ। ਸੋ ਇਸ ਬਾਤ ਕੋ ਗੁਰੂ ਮਹਾਰਾਜ ਜੀ ਨੇ ਕਿਹਾ ਹੈ ਕਿ ਜਿਸ ਨੇ ਪਰਮ ਕੀ ਪਹਿਚਾਨ ਕਰ ਲਈ, ਜਿਸ ਨੇ ਆਪਣੇ ਆਪ ਕੀ ਪਹਿਚਾਨ ਕਰ ਲਈ, ਵੋ ਕਭੀ ਨਹੀਂ ਮਰਦਾ ਔਰ ਵੋ ਸਦਾ ਕੇ ਲੀਏ, ਸਦਾ ਜੋ ਆਲਵੇਜ਼ ਹੈ ਅਕਸ਼ਰ, ਆਪ ਸਭ ਜਾਣਦੇ ਹੋ ਵੀ ਉਸਕਾ ਐਂਡ ਨਹੀਂ ਹੈ ਕਭੀ ਆਲਵੇਜ਼ ਕਾ। ਮਹਾਰਾਜ ਕਹਿੰਦੇ ਪਰਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ, ਵੋ ਆਲਵੇਜ਼ ਜੀਤਾ ਹੈ, ਵੋ ਜਾਤਾ ਨਹੀਂ ਕਹੀ ਵੀ। ਹਮਾਰੇ ਪਰ ਇਲਿਊਜ਼ਨ ਪੜ ਜਾਤੀ ਹੈ, ਮਾਇਆ ਕਾ ਅਸਰ ਹੋ ਜਾਤਾ ਹੈ, ਜਿਸੇ ਸਮਾਂ ਜੋ ਹੈ ਟਾਈਮ ਜੋ ਗੁਜ਼ਰ ਰਿਹਾ ਹੈ ਵੋ ਹਮਾਰੀ ਯਾਦਾਸ਼ਤ ਫੇਲ ਕਰ ਰਿਹਾ ਹੈ, ਹਮਾਰੇ ਇਰਾਦੋ ਕੋ ਵੀ ਥੋੜ੍ਹੀ ਮਾਇਆ ਕਾ ਅਸਰ ਪੜ ਰਿਹਾ ਹੈ, ਹਮ ਇਲਿਊਜ਼ਨ ਮੇਂ ਆ ਰਹੇ ਹੈ। ਇੱਕ ਮਹਾਂਪੁਰਸ਼ ਨੇ ਜੋ ਯੇ ਕਾਮ ਕੀਆ ਹੈ, ਆਪ ਉਨਕੇ ਸਾਥ ਜੁੜੋ, ਉਨਕੇ ਸਾਥ ਪਿਆਰ ਕਰੋ। ਮੇਰੇ ਲਈ ਤਾਂ ਸਵਾਮੀ ਜੀ ਗਏ ਹੀ ਨਹੀਂ ਹੈ, ਮੈਂ ਤਾਂ ਨਹੀਂ ਮੰਨਦਾ, ਅਭੀ ਆਇਆ ਹੂੰ, ਉਨਕੀ ਪ੍ਰੈਜੈਂਸ ਜੋ ਹੈ ਮਹਿਸੂਸ ਕਰ ਰਹਾ ਹੂੰ। ਸੋ ਆਪ ਸਭ ਕੇ ਲੀਏ ਮੈਂ ਵਿਨੈ ਕਰਤਾ ਹੂੰ ਕਿ ਉਨਕੋ ਐਸੇ ਜਾਣ ਕਰਕੇ ਵੋ ਗਏ ਨਹੀਂ ਕਹੀ ਵੀ, ਸਰੀਰ ਤਾਂ ਜਾਤਾ ਹੀ ਹੈ ਹਰੇਕ ਕਾ, ਲੇਕਿਨ ਜੋ ਆਤਮ ਦਰਸ਼ੀ ਪੁਰਸ਼ ਹੈ, ਬ੍ਰਹਮ ਗਿਆਨੀ ਹੈ, ਵੋ ਉਨਕਾ ਸਤੱਤਵ ਨਹੀਂ ਜਾਇਆ ਕਰਦਾ, ਸਾਰੇ ਬ੍ਰਹਿਮੰਡ ਮੇਂ ਫੈਲ ਜਾਇਆ ਕਰਦਾ ਹੈ। ਜਹਾਂ ਕੋਈ ਯਾਦ ਕਰੇ ਭਾਈ ਉਸਕੋ ਸ਼ਕਤੀ ਮਿਲਤੀ ਹੈ, ਸਰੀਰ ਮੇਂ ਤੋ ਲਿਮਿਟੇਸ਼ਨ ਹੈ, ਸਵਾਮੀ ਜੀ ਗਏ ਹੋਏ ਥੇ ਅਮੈਰਿਕਾ, ਹਮ ਯਹ ਬਾਤ ਨਹੀਂ ਕਰਦਾ ਸਕਦੇ, ਲੇਕਿਨ ਅਬ ਤੋ ਸਭ ਕੇ ਅੰਦਰ ਸਮਾ ਗਏ, ਪਹਿਚਾਨਣੇ ਕੀ ਜ਼ਰੂਰਤ ਹੈ, ਉਨਕੇ ਸਾਥ ਜੁੜਨੇ ਕੀ ਜ਼ਰੂਰਤ ਹੈ। ਸੋ ਆਪ ਮੈਨੇ ਕਿਹਾ ਵੀ ਸਵਾਮੀ ਜੀ ਆਪ ਇਤਨੀ ਜਲਦੀ ਨਾ ਕਰੋ, ਮੇਰੇ ਕੋ ਤੋ ਕਹਿ ਗਏ ਕਿ ਆਪ ਬਹੁਤ ਦੇਰ ਤੱਕ ਯਹਾਂ ਰਹੋਗੇ, ਮੈਂ ਕਹਿੰਦਾ ਨਹੀਂ ਮੈਂ ਰਹਿਣਾ ਨਹੀਂ ਚਾਹਤਾ, ਮੈਂ ਵੀ ਜਾਣਾ ਚਾਹਤਾ, ਕਹਿੰਦੇ ਨਹੀਂ ਨਹੀਂ ਆਪ ਨੇ ਆਪ ਕਿਉਂ ਨਹੀਂ ਰਹਿ ਰਹੇ, ਅਗਰ ਆਪ ਚਾਹੇ ਤੋ ਰਹੋ, ਅਭੀ ਕਲਯੁਗ ਕਾ ਸਮਾਂ ਬੜਾ ਜ਼ਬਰਦਸਤ ਆ ਰਿਹਾ ਹੈ, ਅਨੇਕ ਬਾਤਾਂ ਹੋ ਰਹੀ ਹੈ, ਆਪ ਥੋੜ੍ਹਾ ਬਣਾਤੇ ਹੀ ਚੱਲ ਜਾ ਰਹੇ ਹੋ। ਕਹਿੰਦੇ ਨਹੀਂ ਨਹੀਂ ਮੈਂ ਚਲੇ ਜਾਣਾ ਹੈ, ਜਿਸ ਦਿਨ ਇਹ ਕੰਪਲੀਟ ਹੋ ਗਿਆ ਉਸਕੇ ਥੋੜ੍ਹੇ ਦਿਨ ਬਾਅਦ ਮੈਂ ਚਲਾ ਜਾਣਾ, ਬਹਾਨਾ ਕੋਈ ਹੋ, ਕੋਈ ਬਿਮਾਰੀ ਕਾ ਬਣਾ ਦੇ, ਕੁਛ ਤਾਂ ਕੁਛ ਤੋਂ ਹੋਤਾ ਹੀ ਹੈ, ਲੇਕਿਨ ਮਹਾਂਪੁਰਸ਼ ਆਪਣੇ ਆਪ ਜਾਣਦੇ ਥੇ ਕਿ ਮੈਂ ਚਲੇ ਜਾਣਾ। ਸੋ ਉਨਕੀ ਯਾਦ ਮੇਂ ਹਮ ਆਉਂਦੇ ਹੈ, ਯਹਾਂ ਇੰਨੀ ਵਾਰੀ ਯਾਦ ਰਹਿਤੀ ਹਮ ਹਰ ਵਕਤ ਹਮਾਰੇ ਸਤਸੰਗੋ ਮੇਂ ਉਨਕਾ ਜ਼ਿਕਰ, ਜਿਤਨੀ ਕੋਈ 750 ਵੀਡੀਓ ਟੇਪਸ ਬਣ ਗਈ ਹੈ ਮੇਰੇ ਕੀਰਤਨ ਕੀ, ਥੋੜ੍ਹੀ ਜਿਹੀ ਹੋ ਗਈ ਜਦ ਮੈਂ ਉਨਕਾ ਜ਼ਿਕਰ ਨਹੀਂ ਆਇਆ,
ਹਰ ਟੇਮ ਮੇਂ ਜ਼ਿਕਰ ਆਤਾ ਹੈ। ਸੋ ਆਪ ਦੂਰ ਸੇ ਆਪਣੀ ਸ਼ਰਧਾ ਬਿਆਨ ਕਰਨੇ ਕੇ ਲਿਏ ਯਹਾਂ ਪਹੁੰਚੇ ਹੋ, ਆਪ ਸੱਚੇ ਦਿਲ ਸੇ ਆਏ ਹੋ, ਉਨਕੇ ਦਰਬਾਰ ਮੇਂ ਆਪਕੀ ਸਾਹ ਕੀ ਜੋ ਹਾਜ਼ਰੀ ਹੈ ਵੋ ਪੜ ਰਹੀ ਹੈ। ਬਾਕੀ ਮੈਂ ਕੋਈ ਅਧਿਆਤਮਿਕ ਬਾਤ ਨਹੀਂ ਕਰ ਰਿਹਾ, ਆਪ ਸੁਣਦੇ ਹੀ ਰਹਿਤੇ ਹੋ, ਇਨਸੇ ਜ਼ਿਆਦਾ ਕੌਣ ਕਰੇਗਾ। ਸੋ ਡਾਕਟਰ ਜੀ ਸੇ, ਡਾਕਟਰ ਵੇਦ ਭਾਰਤੀ ਜੀ ਸੇ, ਸ਼ੰਕਰਾਚਾਰਿਆ ਮਹਾਂਪੁਰਸ਼ ਜੋ ਜਗਤ ਗੁਰੂ ਹੈ, ਵੋ ਯਹਾਂ ਸੁਸ਼ੋਭਿਤ ਹੈ, ਵੋ ਆਪਕੋ ਉਪਦੇਸ਼ ਦੇ ਸਕਤੇ ਹੈ। ਹਮ ਤੋ ਸ਼ਰਧਾ ਸੇ ਆਏ ਹੈ, ਸਿਰ ਨਵਾਨੇ ਕੇ ਲੀਏ ਯਹਾਂ ਪਹੁੰਚੇ ਹੈ, ਆਪਣੀ ਅਕੀਦਤ ਪੇਸ਼ ਕਰਨੇ ਕੇ ਲੀਏ ਪਹੁੰਚੇ ਹੈ, ਔਰ ਦਿਲ ਸੇ ਅਰਦਾਸ ਕਰਤੇ ਹੈ, ਕਈ ਜੋ ਇੰਸਟੀਟਿਊਸ਼ਨ ਹੈ ਇਸਮੇਂ ਕਹੀਂ ਵੀ ਕਮਜ਼ੋਰੀ ਨਾ ਆਏ, ਔਰ ਯਹਾਂ ਸਾਧੂਓ ਕੀ ਤਰ੍ਹਾਂ ਕਾਮ, ਅਗਰ ਸਵਾਮੀ ਜੀ ਚਲੇ ਗਏ ਕੋਈ ਬਾਤ ਨਹੀਂ ਹੈ, ਯਹਾਂ ਡਾਕਟਰਸ ਹੈ ਬੜੇ ਸਿਆਣੇ ਹੈ, ਉਨਕੇ ਜੋ ਸੰਪਰਕ ਮੇਂ ਆਏ ਹੋਏ ਉਨਸੇ ਪਿਆਰ ਕਰਨੇ ਵਾਲੇ ਹੈ, ਉਹ ਬਹੁਤ ਸਿਆਣੇ ਹੈ, ਉਨਕਾ ਸੱਚਮੁੱਚ ਉਨਕੇ ਸਾਥ ਪਿਆਰ ਹੈ। ਆਪ ਜਿਤਨੇ ਵੀ ਪ੍ਰਬੰਧਕ ਹੋ, ਟਰੱਸਟ ਵਾਲੇ ਹੋ, ਉਨਕੋ ਕਭੀ ਐਸੇ ਨਾ ਸਮਝਣਾ ਕਿ ਵੋ ਹਮਾਰੀ ਮੀਟਿੰਗ ਮੇਂ ਨਹੀਂ ਬੈਠੇ, ਵੋ ਆਪਕੇ ਸਾਥ ਹੈ, ਸਾਥ ਰਹੇਗੇ। ਸੋ ਮੇਰੀ ਤੋਂ ਇਹੀ ਪ੍ਰਾਰਥਨਾ ਹੈ ਜੋ ਮੈਂ ਯਹਾਂ ਕਰਨੇ ਕੇ ਲੀਏ ਪਹੁੰਚਾ ਹੂੰ, ਕਿ ਆਪ ਉਨਕੋ ਯਾਰ ਸਾਕਸ਼ਾਤ ਜਾਣਕਾਰ ਨਿਰਗੁਣ ਰੂਪ ਮੇਂ ਹੈ। ਮੈਂ ਇਹ ਕੋਈ ਗਲਤ ਬਾਤ ਨਹੀਂ ਕਹਿ ਰਿਹਾ, ਜੋ ਮੇਰੇ ਅਨੁਭਵ ਮੇਂ ਆ ਰਹੀ ਹੈ ਵੋ ਕਹਿ ਰਿਹਾ, ਵੋ ਨਹੀਂ ਗਏ ਯਹਾਂ ਸੇ। ਜਾਤੇ ਵੋ ਲੋਕ ਹੈ ਜੋ ਇਹ ਕਹਿੰਦੇ ਹੈ ਕਿ ਮੈਂ ਕਰ ਰਿਹਾ ਹਾਂ, ਮੈਨੇ ਹੋਸਪਿਟਲ ਬਣਾ ਦਿਆ, ਮੈਨੇ ਕਾਲਜ ਬਣਾ ਦਿਆ, ਮੈਨੇ ਇਹ ਇੰਸਟੀਟਿਊਸ਼ਨ ਬਣਾ ਦੀ, ਵੋ ਜਾਏਗਾ ਉਸਕੋ ਇਸਕਾ ਪੁਨ ਫਲ ਪ੍ਰਾਪਤ ਹੋਗਾ, ਸਵਰਗੋ ਮੇਂ ਜਾਏਗਾ, ਛੋੜ ਜਾਏਗਾ। ਲੇਕਿਨ ਜਿਸਨੇ ਆਪਣੀ ਮੈਂ ਕੋ ਅਸਤਿਤਵ ਕੋ ਖਤਮ ਕਰ ਲਿਆ, ਆਪਣੇ ਅਹੰ ਕੋ ਜਿਸਨੇ ਸ਼ਾਂਤ ਕਰ ਲਿਆ, ਉਹ ਆਇਆ ਜਾਏ ਨਹੀਂ ਕਦੀ ਵੀ, ਕਹੀ ਨਹੀਂ ਕਰਦਾ। ਉਹ ਪਹਿਲੇ ਹੀ ਜਿਸੇ ਸਮੁੰਦਰ ਮੇਂ ਲਹਿਰ ਸਮਾ ਜਾਤੀ ਹੈ, ਥਾਂ ਦਾ ਉਹ ਪਹਿਲੇ ਹੀ ਸਮੁੰਦਰ ਥਾ, ਲਹਿਰ ਉੱਠ ਰਹੀ ਸੀ, ਲਹਿਰ ਕਾ ਗਈ। ਗੁਰੂ ਮਹਾਰਾਜ ਜੀ ਨੇ ਇੱਕ ਸ਼ਬਦ ਇੱਕ ਯੋਗੀ ਕੇ ਲੀਏ ਉਚਾਰਾ ਹੈ, ਉਹ ਐਸੇ ਹੈ ਕਿ ਗੁਰੂ ਮਹਾਰਾਜ ਜੀ ਇੱਕ ਸਰੋਵਰ ਖੁਦਵਾ ਰਹੇ ਥੇ, ਆਪਨੇ ਇੰਸਟਰਕਸ਼ਨ ਕੀ ਕਿ ਭਾਈ ਇਸ ਸਰੋਵਰ ਕੋ ਬਹੁਤ ਸਾਵਧਾਨੀ ਸੇ ਚੁਣਨਾ ਹੈ, ਪਟਣਾ ਹੈ, ਥੋੜੇ ਜਿਹੇ ਨੰਬਰ ਪਟਣੇ ਕੇ ਬਾਹਰ ਜਾਓ, ਗਹਿਰਾ ਹੋ ਗਿਆ 10 ਫੁੱਟ, ਤੋ ਇੱਕ ਮੱਠ ਨਿਕਲ ਆਇਆ ਉਸਨੇ। ਤੋ ਉਸ ਵਕਤ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਪਾਸ ਖਬਰ ਗਈ ਕਿ ਮਹਾਰਾਜ ਇੱਕ ਮੱਠ ਨਿਕਲ ਆਇਆ, ਉਹ ਕਹਿੰਦੇ ਇਸਮੇਂ ਕਿ ਯੋਗੀ ਬੈਠਾ ਹੈ, ਬਹੁਤ ਸਾਵਧਾਨੀ ਸੇ ਇਸਕੇ ਇਰਦ ਗਿਰਦ ਸੇ ਮਿੱਟੀ ਹਟਾਓ। ਮਿੱਟੀ ਹਟਾਈ ਤੋ ਉਸਕੀ ਜੋ ਸਿਲ ਦੀ ਹੋਈ ਥੀ ਉਹ ਵੀ ਬੰਦ ਹੋ ਚੁੱਕੀ ਥੀ। ਤੋ ਆਜ ਤਰ੍ਹਾਂ ਜਬ ਉਸਕੋ ਪਰੇ ਹਟਾਇਆ ਤੋ ਮਹਾਰਾਜ ਜੀ ਨੇ ਕਿਹਾ, ਰੂਈ ਲੈ ਕਰ ਆਓ, ਕਸਤੂਰੀ ਲੈ ਕਰ ਆਓ, ਬਦਾਮ ਰੋਗਨ ਲੈ ਕਰ ਆਓ, ਔਰ ਬਹੁਤ ਸਾਰੀਆਂ ਔਸ਼ਧੀਆਂ ਮੰਗਾ ਲਈ। ਆਪਣੇ ਕਿਹਾ ਪਹਿਲੇ ਇਸਕੋ ਰੂਈ ਮੇਂ ਬੰਦ ਕਰੋ, ਅਤੇ ਉਸਕੇ ਬਾਅਦ ਫਿਰ ਬਾਹਰ ਨਿਕਾਲੋ। ਹੋਸ਼ ਆਈ ਮਾਲਿਸ਼ ਹੋਣੇ ਕੇ ਬਾਅਦ ਉਸਨੇ ਪੁੱਛਿਆ ਕਿ ਕੌਣ ਸਾ ਯੋਗ ਹੈ,
ਜਵਾਬ ਦੀਆ ਕਿ ਕਲਯੁਗ ਹੈ। ਕਹਿੰਦੇ ਕੌਣ ਗੁਰੂ ਹੈ, ਬਾਤ ਕੀ ਕਿ ਗੁਰੂ ਨਾਨਕ ਹੈ। ਸਾਰੀ ਬਾਤ ਕਾ ਮਤਲਬ ਇਹ ਹੋਇਆ ਕਿ ਉਸਨੇ ਬਤਾਇਆ ਕਿ ਮੈਂ ਲਹੂ ਔਰ ਖੁਸ਼ੂ ਕਾ ਜੰਗ ਦੇਖਣੇ ਕੇ ਬਾਅਦ ਇਸ ਜਗ੍ਹਾ ਪਰ ਮੈਂ ਮਠ ਮੇ ਬੈਠਾ, ਕਿਉਂਕਿ ਮੇਰੇ ਗੁਰੂ ਨੇ ਕਿਹਾ ਕਿ ਜਿਸ ਗਿਆਨ ਕੀ ਆਪ ਤਲਾਸ਼ ਕਰ ਰਹੇ ਹੋ ਵੋ ਕਲਯੁਗ ਮੇ ਆਪਕੋ ਮਿਲੇਗਾ, ਚਾਹੇ ਤੋ ਆਪ ਸਵਰਗ ਲੋਕ ਮੇ ਘੂਮ ਆਓ, ਚਾਹੇ ਇਸੀ ਸਰੀਰ ਕੋ ਰੱਖ ਲਓ, ਮੇਰਾ ਵਰਦਾਨ ਹੈ ਕਿ ਇਹ ਸਰੀਰ ਨਸ਼ਟ ਨਹੀਂ ਹੋਏਗਾ। ਉਸ ਵਕਤ ਗੁਰੂ ਮਹਾਰਾਜ ਜੀ ਨੇ ਇੱਕ ਸ਼ਬਦ ਉਸਕੇ ਲੀਏ ਬੋਲਾ, ਉਸਨੇ ਦੋ ਤਿੰਨ ਸਵਾਲ ਕੀਏ ਥੇ ਵੀ ਕਿਆ ਸੁਪਨਾ ਸੱਤ ਹੈ, ਸੰਸਾਰ ਕੋ ਵੀ ਸੁਪਨਾ ਕਹਿੰਦੇ ਹੈ, ਕਿਆ ਇਹ ਸੱਤ ਹੈ ਕਿ ਅਸੱਤ ਹੈ, ਆਤਮਾ ਜੋ ਹੈ ਵੋ ਅਚਲ ਹੈ ਲੇਕਿਨ ਇਹ ਜਿਤਨਾ ਚਰਾ ਚਰ ਨਜ਼ਰ ਆਤਾ ਹੈ ਵੋ ਮੂਵ ਕਰਤਾ ਹੈ, ਇਹ ਕਿਉਂ ਹੈ, ਐਸੇ ਸਵਾਲ ਥੇ ਅਧਿਆਤਮ ਬਾਤ ਕੇ। ਤੋ ਗੁਰੂ ਮਹਾਰਾਜ ਜੀ ਨੇ ਉਸ ਵਕਤ ਉਸਕੋ ਬੋਲਾ ਥਾ ਕਿ ਬਾਜ਼ੀਗਰ ਜੈਸੇ ਬਾਜ਼ੀ ਪਾਈ, ਇੱਕ ਜਾਦੂਗਰ ਨੇ ਜਾਦੂ ਕਰਨਾ ਸ਼ੁਰੂ ਕਰ ਦਿਆ, ਬਾਤ ਸਾਹਮਣੇ ਕੋਈ ਵੀ ਨਹੀਂ ਹੈ, ਆਪਣੇ ਦੇਖ ਸੇ ਉਹਨੇ ਹਿਪਨੋਟਾਈਜ਼ ਕਰ ਜੈਸੇ ਜੈਸੇ ਖਿਆਲ ਕਰਤਾ ਰਹਾ ਵੈਸਾ ਵੈਸਾ ਸਭ ਕੋ ਨਜ਼ਰ ਆਤਾ ਰਹਾ, ਬਾਜ਼ੀਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਪੇਸ਼ ਦਸਲਾਈ। ਉਹ ਕਹਿੰਦੇ ਭਗਵਾਨ ਨੇ ਇਹ ਰਚਨਾ ਰਚੀ ਹੈ, ਪਾਰਬ੍ਰਹਮ ਕੇ ਸਗਲੇ ਥਾਓ, ਜਿਤ ਜਿਤ ਕਰ ਰੱਖੇ ਤੈਸਾ ਤਿਨ ਨਾਓ, ਆਪੇ ਕਰਨ ਕਰਾਵਨ ਜੋ ਪ੍ਰਭ ਭਾਵੈ ਸੋਈ ਮਨੋ, ਪਸਰੇ ਹੋ ਆਪ ਨੂੰ ਅਨਕ ਤਰਾ, ਜਿਹਾ ਦੂਸਰਾ ਕੋਈ ਨਹੀਂ ਹੈ, ਨਾ ਪ੍ਰਕਿਰਤੀ ਹੈ ਨਾ ਜੀਵ ਹੈ, ਇਹ ਉਸਨੇ ਆਪਣੇ ਆਪ ਕੋ ਹੀ ਐਕਸਪੈਂਡ ਕੀਆ ਹੁਆ ਹੈ। ਲਖੇ ਨਾ ਜਾਏ ਪਾਰਬ੍ਰਹਮ ਕੇ ਰੰਗ ਉਤਨੇ, ਕਿਤਨੇ ਬ੍ਰਹਮੰਡ ਹੈ, ਕਿਤਨੀ ਉਸਕਾ ਪੁਸਾਰਾ ਹੈ, ਦੈਟ ਵਾਜ ਇਨਫਿਨਿਟੀ, ਬੇਅੰਤ ਹੈ, ਕਈ ਅੰਤ ਨਹੀਂ ਉਸਕਾ, ਕੋਈ ਜਾਣਨੇ ਨਹੀਂ, ਜਾਣਤਾ ਨਹੀਂ ਹੈ। ਸੋ ਮਹਾਰਾਜ ਕਹਿੰਦੇ ਨਾਨਾ ਰੂਪ ਭੇਜ ਦਸਲਾਈ, ਹਰੇਕ ਕਿਸਮ ਕੇ ਰੂਪ ਉਸਨੇ ਦਿਖਲਾ ਦੀਏ ਹਨ, ਸਾਂਗਤ ਅਰਥ ਮੇ ਉਹ ਪਸਾਰਾ, ਤਬ ਇੱਕੋ ਇੱਕ ਅੰਕਾਰ, ਪਹਿਲੇ ਵੀ ਬਹੁਤ ਹਾਂ, ਮਹਾਰਾਜ ਨੇ ਛੁਪਾ ਕਰ ਬਾਤ ਨਹੀਂ ਰੱਖੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਭਸੇ ਪਹਿਲੇ ਜੋ ਵਚਨ ਆਇਆ ਹੈ ਜਾਂ ਸਿਧਾਂਤ ਹੈ ਉਹ ਇਹ ਹੈ ਕਿ ਆਦ ਸੱਚ, ਜੁਗਾਦ ਸੱਚ ਹੈ, ਪੇ ਸੱਚ ਨਾਨਕੋ ਸੇ ਵੀ ਸੱਚ, ਇਹ ਸੱਚ ਕੇ ਬਗੈਰ ਔਰ ਕੋਈ ਚੀਜ਼ ਨਹੀਂ ਪ੍ਰਭੂ ਕੇ ਬਗੈਰ। ਉਸਕੋ ਸਮਝਾਨੇ ਕੇ ਲੀਏ ਜਪਜੀ ਸਾਹਿਬ, ਔਰ ਉਸਕੋ ਸਮਝਾਨੇ ਕੇ ਲੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਵਾਮੀ ਜੀ ਇੰਗਲਿਸ਼ ਮੇਂ ਟ੍ਰਾਂਸਲੇਸ਼ਨ ਕਰ ਰਹੇ ਥੇ ਲੇਕਿਨ ਪੂਰਾ ਨਹੀਂ ਕਰ ਸਕੇ। ਤੋ ਉਸਕੇ ਬਗੈਰ ਕੋਈ ਹੈ ਨਹੀਂ, ਸਾਂਗ ਉਤਾਰ ਸਮੇ ਉਹ ਬਸਾਰਾ ਤਵੇ ਕੋਈ ਕਰਦਾ, ਜੋ ਸਵਾਮੀ ਜੀ ਥੇ ਕਵਨ ਰੂਪ ਦ੍ਰਿਸ਼ਟੀ ਉਹ ਬਨਸਾਇਓ, ਕਦੇ ਗਏ ਉਹ ਕਦਿਆ, ਐਸਾ ਕੁਐਸਚਨ ਹੈ ਵੀ ਉਹ ਕਹਾਂ ਸੇ ਆਇਆ ਸਾ, ਕਹਾਂ ਸੇ ਚਲਿਆ ਗਿਆ, ਵੋ ਰੂਪ ਨਜ਼ਰ ਆ ਰਹਾ ਥਾ ਡਾਕਟਰ ਸਵਾਮੀ ਰਾਮ ਜੀ ਕਾ। ਮਹਾਰਾਜ ਕਹਿੰਦੇ ਉਹ ਕਹੀਂ ਵੀ ਨਹੀਂ ਗਿਆ, ਜਾਤੇ ਉੱਠੇ ਅੰਕ ਤਰੰਗਾ, ਕਰਕ ਭੂਖਣ ਕੀਨੇ ਮੋਰੰਗਾ, ਸਮੁੰਦਰ ਦੇ ਲਹਿਰੇ ਉੱਠ ਰਹੀ ਹੈ, ਕਹਾਂ ਗਈ ਲਹਿਰ, ਸੋਨੇ ਗਏ ਨੇ ਗਹਿਣੇ ਬਣ ਗਏ, ਸੋਨਾ ਕਹਾਂ ਗਿਆ। ਮਹਾਰਾਜ ਕਹਿੰਦੇ ਬੀਜ ਬੀਜ ਦੇਖਿਓ ਬਹੁਤ ਪ੍ਰਕਾਰ, ਫਲ ਪਾਕੇ ਤਾਂ ਇੱਕ ਅੰਕਾਰ, ਸਹਿਜ ਘਟਾ ਮੈਂ ਇੱਕ ਆਕਾਸ਼, ਅਨੇਕ ਬਰਤਨੋਂ ਮੇਂ ਆਕਾਸ਼ ਹੈ, ਮਕਾਨੋਂ ਮੇਂ ਆਕਾਸ਼ ਹੈ, ਅਗਰ ਇਹ ਟੁੱਟ ਜਾਏ ਤਾਂ ਆਕਾਸ਼ ਕਹਾਂ ਗਿਆ, ਆਕਾਸ਼ ਕਹੀ ਨਹੀਂ ਜਾਂਦਾ, ਘੱਟ ਬੂਟਾ ਤਾਂ ਹੋਈ ਪ੍ਰਕਾਸ਼, ਪਰਮ ਮੋਹ ਮਾਇਆ ਵਿਕਾਰ,
परम अल्यूजन पढ़ने से, माया के विकार से, हमें के प्रभाव से, हंगता और ममता से जितने जीव है वो भगवान से अलहदा हो गए। लेकिन असल बात यह है कि जो महाराज ने ऊपर बताई है, परम छूटे तो एक अंकार, तो एक अंकार के बगैर नहीं है। जो स्वामी जी थे, स्वामी जी है, एक बात और हो जाती है, वो यहाँ निर्गुण रूप में हमारे तुम्हारे यह ही नहीं, सारे ब्रह्मांडों में जिस्म की कैद थी वो यहाँ नजर आते थे, लेकिन जिस्म में होते हुए वो सब ब्रह्मांडों में थे। जहां तक क्रिएशन है वहां तक थे, ये कोई मैं अथकथनी नहीं बोलता। जिसके अंदर से अपना तत्व खत्म हो गया, परम लीन हो गया, जीता जीता वो परम ही हो जाया करता, इसलिए वो परम रूप है, शब्द रूप है। शब्द रूप होकर उन्होंने हमारे तुम्हारे में बरतना है। यहाँ जो काम करने वाले हैं उनको मेरी प्रार्थना है कि भाई उनके साथ प्यार करो, प्यार करके कोई ऐसी बात ना करो जिससे ये हम भूल जाए। तो आपको प्रभु जो है शक्ति ने, और उस शक्ति की लाइट में आप उनका काम जो है ऐसे समझो कि मेरे में से होकर काम कर रहे हैं। तो इतनी मैं प्रार्थना करके समाप्त करता हूँ। वाहेगुरु जी का खालसा, वाहेगुरु जी की फतेह।